टॉर्चर की सजा हो रही थी दिल्ली। सो बड़ा दुखदायक काम है श्रोमणी अकाली दल जिहड़ा बादल कुरबा कह सकते हैं शुरू तो जदों तो खेती सुधार ऑर्डिनेंस आए सब तो पहला बीबा हरसिमरत कौर बादल ऑर्डिनेंसा नूं प्रवानगी एज ए कैबिनेट वजीर साइन करते हैं और फिर प्रकाश सिंह बादल सुखबीर बादल एंड कंपनी सारी खेती सुधार ऑर्डिनेंसा के हक के कसीदे पढ़ते हैं। उस तो बाद जो अंदोलन स्टार्ट होता देखते हैं भी ये साढ़े बसों बाद की गल है फिर ये यू टर्न मारते हैं पर यू टर्न मारते हुए कोई मुकाम ऐसा नहीं इन्होंने छड़िया जिथे अंदोलन नू बदनाम करने वास्ते अंदोलन नू कमजोर करने वास्ते इन्होंने कोई कसर बाकी छड़ी हुई है। हुण दिल्ली गए उत्थे तुसीं किसान संयुक्त मोर्चा किसान अंदोलन दे विच शामिल संगतां दे उत्ते अंदोलनकारियां दे उत्ते इदां दे बेहुदा तुसीं आरोप लाओ जे तुहानूं कोई प्रॉब्लम है तुसीं किसान संयुक्त मोर्चे दे लीडर्स नू फोन कॉल कर लो उन्हां नू कोई चिट्ठी पा लो तुसीं प्रैस कॉन्फ्रेंस कर लो। प्रेस कॉन्फ्रेंस करने का मतलब है कि अंदोलन नू बदनाम कितना करना तुहाडे कामां दे कहिंदे कदे ढगे नहीं मरदे थोड़े बदनाम कीते अंदोलन दोस्तों बदनाम नहीं होना लोगों नू पता है कि सच्चाई की है चाहे बीजेपी दे नाल गठजोड़ टुट चुकिया पर अज भी बीजेपी दे इशारियां दे उत्ते अंदोलन नू बदनाम करने लई तुसीं जिहड़े हथ कंडे अपना रहे हो ना तुसीं जिहड़े रस्ते फड़े हुए आ ਉਹ ਭਲੀ ਭਾਂਤ ਸਾਰੇ ਲੋਕਾਂ ਨੂੰ ਪਤਾ ਹੁਣ ਖੁੱਲੀ ਚਿੱਠੀ ਫਿਰ ਤੁਸੀਂ ਪਹਿਲਾਂ ਡਰਾਮਾ ਕੀਤਾ ਨੌਟੰਕੀ ਤੇ ਹੁਣ ਫਿਰ ਪ੍ਰੈਸ ਦੇ ਵਿੱਚ ਜਾ ਕੇ ਕਹਿੰਦੇ ਹੋ ਵੀ ਅਸੀਂ ਕਿਸਾਨ ਲੀਡਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਚਿੱਠੀ ਪਾਵਾਂਗੇ ਇਹ ਚਿੱਠੀ ਤੁਸੀਂ ਬਿਨਾਂ ਪ੍ਰੈਸ ਕਾਨਫਰੰਸ ਕੀਤਿਆਂ ਪਾਉਂਦੇ ਜੇ ਤੁਹਾਨੂੰ ਕੋਈ ਸ਼ਿਕਾਇਤ ਸੀ ਇਹ ਗੱਲਾਂ ਨੂੰ ਗੁੱਝੀਆਂ ਛਿਪੀਆਂ ਨਹੀਂ ਤੁਹਾਡੇ ਵਰਕਰ ਬੱਸਾਂ ਦੇ ਵਿੱਚ ਦਾਰੂ ਦੀਆਂ ਪੇਟੀਆਂ ਰੱਖ ਰੱਖ ਕੇ ਅਕਾਲੀ ਦਲ ਸ਼ਰਮ ਆਉਣੀ ਚਾਹੀਦੀ ਆ ਏਦਾਂ ਦੀ ਪਾਰਟੀ ਦੇ ਉੱਤੇ ਕਾਬਜ਼ ਸੁਭਾਵਿਕ ਤੌਰ ਤੇ ਇਹਨਾਂ ਦਾ ਵਿਰੋਧ 10 ਸਾਲ ਦੇ ਵਿੱਚ ਪੰਜਾਬ ਦੀ ਧਰਤੀ ਜਿਹੜਾ ਗੰਦ ਪਾਇਆ ਚਿੱਟੇ ਦੇ ਜਨਮ ਦਾ ਤੇ ਰੇਤਾ ਬਜਰੀ ਦੀ ਚੋਰੀ ਸ਼ੁਰੂ ਕਰਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਦੇ ਉੱਤੇ ਰੋਲਣ ਵਾਲੇ ਲੋਕ ਕਿੱਦਾਂ ਤੁਰ ਜਾਣਗੇ ਕਾਲੇ ਕਾਨੂੰਨ ਸ਼ੁਰੂ ਕਰਨ ਵਾਲੀ ਜਮਾਤ ਨੀਂਹ ਪੱਥਰ ਕਿਹਨੇ ਰੱਖਿਆ ਇਸੇ ਜਮਾਤ ਨੇ ਰੱਖਿਆ ਤੇ ਅੱਜ ਬਗਲੇ ਭਗਤ ਬਣਨ ਦੇ ਯਤਨਾਂ ਦੇ ਵਿੱਚ ਆ ਕਦੇ ਕਹਿੰਦੇ ਆ ਜਿਹੜਾ ਸਾਡਾ ਵਿਰੋਧ ਹੋ ਰਿਹਾ ਆਪਣੇ ਕਿਸਾਨ ਨਹੀਂ ਕਰ ਰਹੇ ਇਹ ਅਕਾਲੀ ਇਹ ਆਰੋਪ ਲਾਉਂਦੇ ਆ ਵੀ ਕਾਂਗਰਸ ਆਮ ਆਦਮੀ ਪਾਰਟੀ ਤੇ ਦੂਜੀਆਂ ਤੀਜੀਆਂ ਪਾਰਟੀਆਂ ਦੇ ਉੱਤੇ ਆਰੋਪ ਲਾਉਂਦੇ ਆ ਇਹ ਬਿਲਕੁਲ ਨਿਸ਼ਚਿਤ ਰੂਪ ਦੇ ਵਿੱਚ ਇਹ ਟ੍ਰੇਲਰ ਦਿਖਾ ਰਹੇ ਆ ਪੰਜਾਬ ਦੇ ਲੋਕ ਇਹਨਾਂ ਨੂੰ ਕਿਸਾਨ ਟ੍ਰੇਲਰ ਦਿਖਾ ਰਹੇ ਆ ਦਲਿਤ ਖੇਤ ਮਜ਼ਦੂਰ ਟ੍ਰੇਲਰ ਦਿਖਾ ਰਹੇ ਆ ਤੇ 2022 ਦੇ ਵਿੱਚ ਦੋਸਤੋ ਪੂਰੀ ਫਿਲਮ ਪੰਜਾਬ ਦਾ ਵੋਟਰ ਇਹਨਾਂ ਨੂੰ ਚਲਾ ਕੇ ਦਿਖਾਉਗਾ। ਸਰ ਚੰਨੀ ਜੀ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀ ਸਟੇਜ ਤੇ ਜਾ ਕੇ ਨਤਮਸਤਕ ਹੋਊਂਗਾ ਤੇ ਉਧਰ ਰਾਜਾਲ ਸਾਹਿਬ ਨੇ ਬਿਆਨ ਦਿੱਤਾ ਕਹਿੰਦੇ ਪੋਲੀਟੀਕਲ ਬੰਦੇ ਦਾ ਕਿਸੇ ਦਾ ਅਲਾਉ ਨਹੀਂ ਹੈਗਾ ਉਹਦਾ ਆਣਾ ਤੇ ਆ ਕੇ ਜਿਹੜਾ ਇੱਥੇ ਆ ਕੇ ਬੈਠ ਕੇ ਸੁਣ ਸਕਦੇ। ਦੇਖੋ ਬੜਾ ਚੰਗਾ ਜੀਨੀਅਸ ਅਸੀਂ 10ਵਾਂ ਸਾਲ ਆਇਆ ਹੈ ਤਕਰੀਬਨ 10 ਸਾਲ ਅਸੀਂ ਇਕੱਠੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਬੜਾ ਜੀਨੀਅਸ ਸੰਜਮ ਵਾਲਾ ਸਾਥੀ ਹੈਗਾ ਸਤਿਕਾਰਯੋਗ ਸੀਐਮ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੀਆਂ ਸ਼ੁਭ ਕਾਮਨਾਵਾਂ ਨੇ ਵੀ ਉਹ ਸਾਰੇ ਉਹ ਕੰਮ ਜਿਹੜੇ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਆਵਾਮ ਦੇ ਨਾਲ ਵਾਅਦੇ ਕੀਤੇ ਸੀ ਗੁਰੂਆਂ ਨੂੰ ਤਾਕਤ ਬਖਸ਼ਿਸ਼ ਕਰਨ ਉਹ ਸਾਰੇ ਵਾਅਦੇ ਪੂਰੇ ਕਰਨ ਤੇ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਘਰਾਂ ਦੇ ਵਿੱਚ ਬਹਿਣ ਪਵਾਏ ਮਾਮਾ ਦੇ ਪੁੱਤ ਗਏ ਆ ਚਿੱਟੇ ਦੇ ਦੈਂਤ ਦੇ ਮੂੰਹ ਦੇ ਵਿੱਚ ਉਹਨਾਂ ਲੋਕਾਂ ਨੂੰ ਸਜਾਵਾਂ ਉਹ ਲੋਕ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਪਣੀ ਕੁਰਸੀ ਬਚਾਉਣ ਵਾਸਤੇ ਕੀਤਾ ਉਹਨਾਂ ਨੂੰ ਫੜ ਕੇ ਕਟਹਿਰੇ ਦੇ ਖੜੇ ਕਰਨ ਤੇ ਜਿਹੜੇ ਲੋਕਾਂ ਨੇ ਰੋਡਵੇਜ਼ PRTC ਬੱਸਾਂ ਦਾ ਬੇੜਾ ਗਰਕ ਕਰਕੇ ਆਪਣੇ ਘਰ ਦੀਆਂ ਹਜ਼ਾਰਾਂ ਬੱਸਾਂ ਪਾਈਆਂ ਉਹਨਾਂ ਦੇ ਗਰੀਬਾਂ ਨੂੰ ਹੱਥ ਪਾਉਣਾ ਸੀ ਇਹ ਸਾਡੀਆਂ ਸ਼ੁਭ ਕਾਮਨਾਵਾਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਤੇ ਉਹਨਾਂ ਦੀ ਬਿਆਰਤ ਵਾਸਤੇ ਕਿ ਉਹ ਇਹ ਸਾਰੇ ਕੰਮ ਲੋਕ ਅੱਜ ਪੂਰੀ ਦੁਨੀਆ 'ਚ ਵਸਦਾ ਪੰਜਾਬੀ ਇਹ ਮੰਗ ਕਰਦਾ ਹੈ ਕਿ ਇਹ ਸਾਰੀਆਂ ਗੱਲਾਂ ਨਵੀਂ ਬਿਆਰਤ ਨਵੇਂ ਮੁੱਖ ਮੰਤਰੀ ਜ਼ਰੂਰ ਤਕੜਿਆਂ ਹੋ ਕੇ ਕਰਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਸਰ ਬਿਆਨ ਆਇਆ ਮੁੱਖ ਮੰਤਰੀ ਸ਼ਹੀਦ ਬਣਨ ਤੋਂ ਬਾਅਦ ਕਿ ਮੁੱਖ ਮੰਤਰੀ ਚਾਹੇ ਹਿੰਦੂ ਬਣੇ ਜਾਂ ਸਿੱਖ ਬਣੇ ਪਰ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ ਸਰ ਕਿਸ ਤਰ੍ਹਾਂ ਵੇਖਦੇ ਹੋ ਉਹਨਾਂ ਦਾ ਬਿਆਨ ਮੈਂ ਵੀ ਸੁਣਿਆ ਗਿਆਨੀ ਹਰਪ੍ਰੀਤ ਸਿੰਘ ਜੀ ਬਰਾਦਰ ਉਹਨਾਂ ਨੇ ਕਿਹਾ ਕਿ ਘੱਟ ਬੁੱਧੀਮਾਨ ਘੱਟ ਦਿਮਾਗ ਵਾਲਾ ਬੰਦਾ ਤੁਸੀਂ ਜਾਤਾਂ ਦੇ ਸਮੀਕਰਨ ਦੇ ਵਿੱਚ ਕੁਛ ਏਦਾਂ ਦੀ ਗੱਲ ਬੋਲਦੀ ਹੈ ਇੱਕ ਮਹਾਨ ਤਖ਼ਤ ਦੇ ਉੱਤੇ ਬਿਰਾਜਮਾਨ ਸਤਿਕਾਰਯੋਗ ਜਥੇਦਾਰ ਜੀ ਤੋਂ ਏਦਾਂ ਦੀ ਗੱਲ ਬੋਲਣੀ ਸ਼ੋਭਾ ਨਹੀਂ ਦਿੰਦੀ ਤੁਸੀਂ ਉਹਨਾਂ ਦੇ ਦਿਮਾਗ ਦੀ ਕੀ ਪਰਖ ਕੀਤੀ ਆ ਜਿਹੜਾ ਤੁਸੀਂ ਏਦਾਂ ਦਾ ਬਿਆਨ ਦਿੱਤਾ ਉਹ ਪੜ੍ਹੇ ਲਿਖੇ ਆ ਐਂਡ ਅੱਜ ਵੀ ਕੰਟੀਨਿਊਸਲੀ ਉਹਨਾਂ ਦੀ ਸਟੱਡੀ ਜਾਰੀ ਹੈਗੀ ਆ ਮੁੱਖ ਮੰਤਰੀ ਦੀ ਸੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਹੁਤ ਉੱਚੀ ਪਦਵੀ ਤੇ ਆ ਬੜੀ ਸਤਿਕਾਰਿਤ ਹਸਤੀ ਆ ਉਹਨਾਂ ਨੂੰ ਬਾਦਲਾਂ ਦੇ ਕਹੇ ਤੇ ਏਦਾਂ ਦੇ ਬੇਹੂਦਾ ਬਿਆਨ ਨਹੀਂ ਦੇਣੇ ਚਾਹੀਦੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਸਤੀਫਾ ਲਿਆ ਜਾਵੇ ਕਿਉਂਕਿ ਮੀਟੂ ਮਾਮਲੇ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਭਲੇ ਲਈ ਕੋਈ ਮੁੱਖ ਮੰਤਰੀ ਆਇਆ ਤਾਂ ਬੀਜੇਪੀ ਨੇ ਇਹ ਇਹ ਕੱਟੇ ਸਾਈ ਜਿਹੜਾ ਜਿੱਥੇ ਫੁੱਲ ਹੁੰਦਾ ਗੁਲਾਬ ਦਾ ਤੇ ਉੱਥੇ ਕੰਡੇ ਹੀ ਹੁੰਦੇ ਆ ਇਹ ਕੱਟੇ ਸਾਈ ਉਹਨਾਂ ਦੀ ਲਿਆਕਤ ਉਹ ਲੋਕ ਜਿਹੜੇ ਕੱਲ ਗੱਲਾਂ ਮਾਰਦੇ ਫਿਰਦੇ ਸੀ ਵੀ ਅਸੀਂ ਤੁਹਾਨੂੰ 300 ਯੂਨਿਟ ਫ੍ਰੀ ਦੇ ਦਿਆਂਗੇ ਅਸੀਂ ਤੁਹਾਨੂੰ ਫਲਾਨਾ ਕਰ ਦਿਆਂਗੇ ਅਸੀਂ ਫਲਾਨਾ ਕਰ ਦਿਆਂਗੇ ਅੱਜ ਉਹ ਇਉਂ ਮਹਿਸੂਸ ਹੁੰਦਾ ਕਿ ਮੁੱਦਾ ਕੀ ਹੋ ਗਿਆ ਜਿਹੜੀ ਸਪੀਡ ਦੇ ਨਾਲ ਨਵਾਂ ਮੁੱਖ ਮੰਤਰੀ ਤੇ ਨਵੀਂ ਬਾਜ਼ਾਰ ਤੁਰੀ ਹੈ ਇਸੇ ਸਪੀਡ ਦੇ ਨਾਲ ਤੁਰੇ ਰਹਿਣ ਤੇ ਮੇਰਾ ਵਿਸ਼ਵਾਸ ਆ ਇਹ ਲੋਕ ਜਿਹੜੇ ਦਿੱਲੀ ਤੋਂ ਆ ਕੇ ਕਾਬਜ ਹੋਣ ਦੇ ਜਤਨਾਂ ਦੇ ਵਿੱਚ ਸੀ ਉਹਨਾਂ ਦੇ ਸੁਪਨੇ ਚੱਕਣਾ ਚੂਰ ਹੋ ਸਕਦੇ ਆ ਉਹ ਇਦਾਂ ਦੇ ਹੱਥ ਕੱਢੇ ਅਪਣਾਈ ਜਾਣ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਨੇ ਕਿ ਪੁਰਾਣੇ ਜਿਹੜੇ ਟਕਸਾਲੀ ਕਾਂਗਰਸੀ ਹੈ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਚਾਹੇ ਹੁਣ ਕੈਪਟਨ ਅਮਰਿੰਦਰ ਸਿੰਘ ਉਤਾਰੇ ਨੇ ਤਾਂ ਹੁਣ ਨਵੀਂ ਜਿਹੜੀ ਵਜ਼ਾਰਤ ਆਈ ਹੈ ਚਾਹੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਦੇਖੋ ਹੈ ਤਾਂ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ ਮੈਂ ਇਹਦੇ ਤੇ ਜ਼ਿਆਦਾ ਕੋਈ ਜਵਾਬ ਦਵਾਂ ਚੰਗੀ ਗੱਲ ਨਹੀਂ ਪਰ ਟਕਸਾਲੀ ਦਾ ਮਤਲਬ ਇਹ ਨਹੀਂ ਟਕਸਾਲੀ ਕਾਂਗਰਸੀ ਦਾ ਮਤਲਬ ਇਹ ਨਹੀਂ ਵੀ ਉਹ ਟਕਸਾਲੀ ਅਕਾਲੀ ਜਥੇਦਾਰਾਂ ਦੇ ਨਾਲ ਕੁੰਡੀਆਂ ਫਸਾਉਂਦਾ ਫਿਰੇ ਪੰਜਾਬ ਦਾ ਬਿੜਾ ਗਰਕ ਕਰਨ ਲਈ ਲੁੱਟਣ ਵਾਸਤੇ ਸੰਧੀਆਂ ਕਰਦਾ ਫਿਰੇ ਇਹ ਗਲਤ ਗੱਲ ਹੈ ਹਰ ਪਾਰਟੀ ਦੇ ਅੰਦਰ ਜਿਹੜਾ ਕੋਈ ਡਿਸੋਲਵ ਕਰਦਾ ਲੀਡਰ ਕੋਈ ਮੈਂਬਰ ਪਾਰਟੀ ਨੂੰ ਮਾਨ ਸਨਮਾਨ ਜ਼ਰੂਰ ਦਿੰਦੀ ਹੈ ਸਰ ਹਰੀਸ਼ ਰਾਵਤ ਜੀ ਹੁਣ ਜਿਹੜੇ ਨਵਜੋਤ ਸਿੰਘ ਦੇ ਪੱਖ ਦੇ ਉੱਤੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਜੇ ਨਰਿੰਦਰ ਮੋਦੀ ਔਰ ਇਮਰਾਨ ਖਾਨ ਨੂੰ ਜੱਫੀਆਂ ਪਾ ਸਕਦਾ ਮਿਲ ਸਕਦਾ ਤੇ ਸਿੱਧੂ ਜੀ ਉਹਨਾਂ ਨੂੰ ਮਿਲਿਆ ਸੀਗਾ ਧਾਰਮਿਕ ਸਥਲ ਵੀ ਖੁੱਲਿਆ ਸੀਗਾ ਇਨਡਾਇਰੈਕਟਲੀ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਖੜੇ ਕਰਦੇ ਨੇ ਦੇਖੋ ਉਹ ਕੰਮ ਜਿਹਦੇ ਕਰਕੇ ਪੂਰੇ ਜਗਤ 'ਚ ਵਸਦਾ ਸਿੱਖ ਖੁਸ਼ੀ ਦੇ ਖੀਵਾ ਹੋਇਆ ਉਹ ਰਾਹ ਉਹ ਰਸਤਾ ਜਿਹਦੀ ਅਸੀਂ ਲੰਬੇ ਸਮੇਂ ਤੋਂ 1947 ਤੋਂ ਲੈ ਕੇ ਅੱਜ ਤੱਕ ਕਿੰਨੇ ਹਜ਼ਾਰ ਅਰਦਾਸ ਕੀਤੀ ਸਿੱਖਾਂ ਨੇ ਕਿ ਸਾਨੂੰ ਕਿਤੇ ਕਾਸ਼ ਇਹ ਗੁਰੂ ਦਾ ਦੁਆਰਾ ਦੇਖਣ ਵਾਸਤੇ ਰਸਤਾ ਮਿਲ ਜਾਵੇ ਜੇ ਸਿੱਧੂ ਉਹ ਰਸਤਾ ਖੁਲਵਾ ਆ ਤੇ ਫੇਰ ਤੁਕੇ ਉਹਦੇ ਤੇ ਸਟੇਟਮੈਂਟਸ ਦੇਣੇ ਗਲਤ ਗੱਲ ਹੈ ਅੱਜ ਵੀ ਸਿੱਖ ਕੌਮ ਇਸ ਗੱਲ ਲਈ ਨਵਜੋਤ ਸਿੱਧੂ ਦੀ ਧੰਨਵਾਦ ਤੇ ਨਵਜੋਤ ਸਿੱਧੂ ਵਧਾਈ ਦਾ ਪਾਤਰ ਆ ਜਿਹਨੇ ਸਿੱਖਾਂ ਦੀ ਪੰਜਾਬੀਆਂ ਦੀ ਇਹ ਮੰਗ ਅਬਾਊਟ ਦਾ ਪੋਲਿਟਿਕਸ ਰਾਜਨੀਤੀ ਤੋਂ ਉੱਤੇ ਉੱਠ ਕੇ ਉਹਨਾਂ ਨੇ ਬੋਲਡ ਕਦਮ ਲੈਂਦੇ ਹੋਏ ਇਹ ਰਸਤਾ ਖੁਲਾਉਣ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ ਰੇਤ ਤੋਂ ਲੈ ਕੇ ਸਰ ਕਿਹਾ ਨਾ ਰੇਤ ਅਸੀਂ ਮੁਕਤ ਕਰਾਂਗੇ ਇਹਨਾਂ ਦੇ ਤੁਸੀਂ ਬੀਤੇ ਸਮੇਂ ਦੌਰਾਨ ਵਕਤ ਤੁਸੀਂ ਸੰਭੋਲ ਵਿਰੋਧੀ ਪਾਰਟੀ ਕਹਿੰਦੇ ਰਹੇ ਕਿ ਕੁਛ ਇਹਨਾਂ ਦੇ ਆਪਣੇ ਹੀ ਐਮਐਲਏ ਦੇ ਆਪੋ ਸੰਲਿਤ ਇਹ ਗੱਲ ਬਿਲਕੁਲ ਸੱਚ ਆ 10 ਸਾਲ ਦੇ ਬਾਦਲਾਂ ਨੇ ਰੇਤਾ ਚੋਰੀ ਦੀ ਸ਼ੁਰੂਆਤ ਕਰਕੇ ਖੂਬ ਲੁੱਟਿਆ ਰੇਤਾ ਬਜਟ ਨੂੰ ਤੇ 5 ਸਾਲਾਂ ਤੋਂ ਕੌਣ ਲੁੱਟ ਰਿਹਾ 5 ਸਾਲਾਂ ਤੋਂ ਕਾਂਗਰਸ ਪਾਰਟੀ ਨਾਮ ਬਦਲੀ ਹੋ ਗਏ ਬਾਦਲਾਂ ਦੀ ਜਗ੍ਹਾ ਤੇ ਕਾਂਗਰਸ ਦੇ ਲੋਕ ਆ ਗਏ ਹਿੱਸੇਪੱਤੀ ਬਦਲੀ ਹੋ ਗਈ ਜਿਹੜਾ 60-40 ਦਾ ਰੇਸ਼ੋ ਸੀ ਉਹ ਤਬਦੀਲ ਹੋ ਗਿਆ ਬਿਨਾਂ ਸਰਕਾਰੀ ਸਰਪ੍ਰਸਤੀ ਤੋਂ ਰੇਤੇ ਦਾ ਚਮਚਾ ਨਹੀਂ ਚੋਰੀ ਹੋ ਸਕਦਾ ਇਹ ਨਵੀਂ ਵਿਜਾਰਤ ਨਵੇਂ ਮੁੱਖ ਮੰਤਰੀ ਤੋਂ ਸਾਨੂੰ ਉਮੀਦ ਹੈ ਪੂਰੇ ਪੰਜਾਬ ਨਹੀਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਉਮੀਦ ਤੇ ਆਸ ਹੈਗੀ ਆ ਵੀ ਪੰਜਾਬ ਦੇ ਵਿੱਚ ਜਿੰਨੇ ਲੁੱਟ ਮਾਫੀ ਹੈਗੇ ਆ ਉਹਨਾਂ ਲੁੱਟ ਮਾਫੀਆਂ ਦਾ ਅੰਤ ਜ਼ਰੂਰ ਕਰੇਗੀ ਸਰਕਾਰ ਪੰਜਾਬ ਸਰਕਾਰ 200 ਜੁੜੇ ਜਗ੍ਹਾ 300 ਜੁੜੇ ਫ੍ਰੀ ਦੇ ਰਹੀ ਹੈ ਐਸਸੀਬੀਸੀ ਐਸਸੀ ਤੇ ਬੀਸੀ ਪਰਿਵਾਰ ਜਿਸ ਤਰ੍ਹਾਂ ਵੇਖੋ ਸਰ ਬਹੁਤ ਚੰਗੀ ਗੱਲ ਹੈਗੀ ਆ ਪੰਜਾਬ ਸਰਕਾਰ ਮੁਫਤ ਦੇਣਾ ਸ਼ੁਰੂ ਕਰੇ ਜਿਹੜੇ EWS ਹੈਗੇ ਇਕਨੋਮਿਕਲ ਵੀਕਰ ਸੈਕਸ਼ਨ ਜਾਤ ਬਰਾਦਰੀ ਧਰਮ ਤੋਂ ਉੱਤੇ ਉੱਠ ਕੇ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈਗਾ ਉਹਨੂੰ ਇਹ ਬਿਜਲੀ ਫ੍ਰੀ ਦੀ ਸਹੂਲਤ ਜ਼ਰੂਰ ਮਿਲਣੀ ਚਾਹੀਦੀ ਆ ਬਹੁਤ ਸਾਰੇ ਇੱਦਾਂ ਦੇ ਪੰਜਾਬ ਦੇ ਅੰਦਰ ਪਰਿਵਾਰ ਹੈਗੇ ਆ ਲੋਕ ਇਨਸਾਫ ਪਾਰਟੀ ਨੇ ਇੱਕ ਡਰਾਈਵ ਸਟਾਰਟ ਕੀਤੀ ਸੀ ਕਿ ਜਿਨ੍ਹਾਂ ਦੇ ਬਕਾਏ ਖੜੇ ਆ ਜਿਹੜੇ ਬਕਾਏ ਦੇਣ ਦੇ ਵਿੱਚ ਅਸਮਰੱਥ ਆ ਬਿਜਲੀ ਦੇ ਬਿੱਲ ਨਹੀਂ ਭਰੇ ਉਹਨਾਂ ਦੇ ਤਾਰਾਂ ਕੱਟੀਆਂ ਹੋਈਆਂ ਨੇ ਕਨੈਕਸ਼ਨ ਕੱਟੇ ਹੋਏ ਸੀ ਉਹ ਕਨੈਕਸ਼ਨ ਕਰੋਨਾ ਤੋਂ ਪਹਿਲਾਂ ਕਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਸੀ
ਅੱਜ ਉਸੇ ਪੈਟਰਨ ਦੇ ਉੱਤੇ ਕਾਂਗਰਸ ਨਵੀਂ ਬਣੀ ਵਜ਼ਾਰਤ ਨੇ ਫੈਸਲਾ ਲਿਆ ਕਿ ਪੰਜਾਬ ਦੇ ਅੰਦਰ ਜਿੰਨੇ ਉਹ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ ਹੋਣ ਕਾਰਨ ਕਨੈਕਸ਼ਨ ਕੱਟੇ ਆ ਸੀ ਉਹ ਸਾਰੇ ਜੋੜ ਦੇਣੇ ਆ ਤੇ ਬਕਾਇਆਂ ਦੇ ਉੱਤੇ ਲਕੀਰ ਮਾਰ ਕੇ 300 ਯੂਨਿਟ ਫ੍ਰੀ ਦੇਣਾ ਚੰਗਾ ਫੈਸਲਾ ਮਸਜਿਦ ਵਿਰੋਧ ਦੇ ਵਿੱਚ ਬੈਠੇ ਆ ਪਰ ਚੰਗੇ ਫੈਸਲਿਆਂ ਦੀ ਅਸੀਂ ਤਾਰੀਫ ਕਰਾਂਗੇ ਕਿਤੇ ਨਾ ਕਿਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਬਿਜਲੀ ਮੁੱਦਾ ਜਿਸ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵੱਲੋਂ ਜਿਹੜਾ ਸਵਾਲ ਚੁੱਕੇ ਜਾਂਦੇ ਸੀ ਪਰ ਹੁਣ ਜਿੱਦਾਂ 300 ਯੂਨਿਟ ਦਾ ਐਲਾਨ ਕਰ ਦਿੱਤਾ ਗਿਆ ਕੀ ਲੱਗਦਾ ਵੀ ਜਿਹੜੀਆਂ 2022 ਦੀਆਂ ਚੋਣਾਂ ਨੇ ਉੱਥੇ ਨਵੇਂ ਮੁੱਦੇ ਚਾਹੀਦੇ ਨੇ ਜਾਂ ਜਿਹੜੇ ਮੁੱਦੇ ਨੇ ਪੁਰਾਣੇ ਉਹ ਹੱਲ ਕਰ ਰਹੇ ਨੇ ਦੇਖੋ ਪਹਿਲਾਂ ਤਾਂ 2017 ਦੇ ਵਿੱਚ ਕਾਂਗਰਸ ਪਾਰਟੀ ਸੱਤਾ ਤੇ ਆਈ ਉਹਨਾਂ ਨੇ ਵਾਅਦੇ ਕਿਹੜੇ ਕਿਹੜੇ ਕੀਤੇ ਨੌਕਰੀਆਂ ਦੇ ਵਾਅਦੇ ਕੀਤੇ ਉਹਨਾਂ ਨੇ ਬਿਜਲੀ ਦੇ ਵਾਅਦੇ ਕੀਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਚਿੱਟਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਨਕੇ ਇਹ ਮੁੱਖ ਵਾਅਦੇ ਸੀਗੇ ਨਵੀਂ ਵਿਜਾਰਤ ਨੂੰ ਸਭ ਤੋਂ ਪਹਿਲਾਂ 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੇ ਹੋਏ ਵਾਅਦੇ ਪੂਰੇ ਕਰਕੇ ਫਿਰ ਅਗਲੇ ਕਦਮ ਜਿਹੜੇ ਆ ਉਹਨਾਂ ਨੂੰ ਪੁੱਟਣੇ ਚਾਹੀਦੇ ਆ ਪਹਿਲਾਂ ਕੀਤੇ ਹੋਏ ਵਾਅਦੇ ਤਾਂ ਕਿ ਆਵਾਮ ਨੂੰ ਇੱਕ ਪੂਰਨ ਤੌਰ ਤੇ ਯਕੀਨ ਹੋ ਜਾਵੇ ਨਵੀਂ ਸਰਕਾਰ ਤੇ ਨਵੀਂ ਵਿਜਾਰਤ ਦੇ ਵਿੱਚ ਵੀ ਇਹ ਕੁਝ ਕਰਕੇ ਦਿਖਾਉਣਗੇ ਪੰਜਾਬ ਦੇ ਵਿੱਚ ਲੁੱਟ ਮਾਫੀਏ ਨੂੰ ਨਕੇਲ ਪਾਉਣਗੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੱਡੇ ਫੇਰਬਦਲ ਵੇਖਣ ਨੂੰ ਮਿਲਦੇ ਨੇ ਕੈਬਨਿਟ ਮੰਤਰੀ ਵਿੱਚ ਵੀ ਜਿਹੜਾ ਕਾਫੀ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ ਲੱਗਦਾ ਸਰ 4.5 ਸਾਲ ਦੇ ਵਿੱਚ 4.5 ਮਹੀਨੇ ਰਹਿ ਗਏ ਆ ਜਿਹੜੇ ਵਾਅਦੇ ਰਹਿ ਗਏ ਪੂਰੇ ਹੋਣਗੇ ਸਾਡੀਆਂ ਸ਼ੁਭਕਾਮਨਾਵਾਂ ਨੇ ਹਜੇ ਤਾਂ ਇਹ ਦੂਸਰਾ ਦਿਨ ਹੈ ਅਸੀਂ ਕਹਿ ਲਈਏ ਵੀ ਨਹੀਂ ਹੋਣਗੇ ਗਲਤ ਹੈ ਸਾਡੀਆਂ ਬੈਸਟ ਵਿਸ਼ਸ ਹੈ ਕੀ ਨਹੀਂ ਹੋ ਸਕਦਾ 4.5 ਮਹੀਨੇ ਵੀ ਦੋਸਤ ਦੇ ਸਰਕਾਰ ਚਾਹੇ ਤੇ 4.5 ਘੰਟਿਆਂ ਦੇ ਵਿੱਚ ਲੁੱਟ ਮਾਫੀ ਨੂੰ ਨਕੇਲ ਪਾਈ ਜਾ ਸਕਦੀ ਹੈ ਜੇ ਸਰਕਾਰ ਕਾਂਗਰਸ ਸਰਕਾਰ ਚੰਗਾ ਕੰਮ ਜਿਸ ਤਰ੍ਹਾਂ ਕਰਦੀ ਹੈ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਚੰਗੇ ਕੰਮ ਕਰਨ ਲਈ ਚੰਗੇ ਕੰਮ ਕਰਨ ਦੀ ਸਪੋਰਟ ਨਹੀਂ ਹੁੰਦੀ ਤਾਰੀਫ ਹੁੰਦੀ ਹੈ ਸ਼ਲਾਘਾ ਹੁੰਦੀ ਹੈ ਇਹ ਨਹੀਂ ਵੀ ਅਸੀਂ ਵਿਰੋਧ 'ਚ ਬੈਠੇ ਹਾਂ ਵਿਰੋਧ ਕਰਕੇ ਵਿਰੋਧ ਕਰੀ ਜਾਵਾਂਗੇ ਚੰਗੇ ਕੰਮਾਂ ਦੀ ਤਾਰੀਫ ਤੇ ਸ਼ਲਾਘਾ ਕਰਾਂਗੇ ਅਸੀਂ ਲੋਕ ਇਨਸਾਫ ਪਾਰਟੀ ਦੇ ਵਿੱਚ ਹਾਂ ਚਾਹੇ ਵਿਧਾਇਕ ਦੋਵਾਂ ਪਰ ਪੰਜਾਬ ਲਈ ਸਭ ਤੋਂ ਫਿਕਰਮੰਦ ਤੇ ਕਰਪਸ਼ਨ ਦੇ ਖਿਲਾਫ ਪਹਿਰੇਦਾਰ ਸੋ ਚੰਗੇ ਕੰਮਾਂ ਦੀ ਤਾਰੀਫ ਤੇ ਸ਼ਲਾਘਾ ਲਾਜ਼ਮੀ ਕਰਾਂਗੇ ਉਹ ਕੋਈ ਪਾਰਟੀ ਤੇ ਕੋਈ ਸਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਤੇ ਬਹੁਤ ਵੱਡੇ ਨੇ ਸ਼ਹੂਰ ਵੱਜ ਦੇ ਅੱਜ ਗਏ ਨੇ ਮੋਪਰ ਗਿਆ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਗਏ ਨੇ ਤੇ ਗਏ ਨੇ ਸਿੱਧੂ ਸਾਹਿਬ ਵੀ ਗਏ ਨੇ ਪ੍ਰਾਈਵੇਟ ਪਲੇਨ ਕੀਤਾ ਦਿੱਲੀ ਆਉਂਦੇ ਤੁਹਾਨੂੰ ਕੀ ਲੱਗਦਾ ਹੈ ਕਿਉਂ ਵਿੱਚ ਰੁਕੀ ਹੈ ਦੇਖੋ ਗੱਲ ਸੁਣੋ ਜੀ ਮੁੱਖ ਮੰਤਰੀ ਪੰਜਾਬ ਚੌਪਰ ਦੇ ਵਿੱਚ ਜਾਂ ਪ੍ਰਾਈਵੇਟ ਹੈਲੀਕਾਪਟਰ ਕਰਕੇ ਦਿੱਲੀ ਗਿਆ ਤੇ ਹੁਣ ਉਹ ਕੋਈ ਰੇੜੇ ਰਕਸ਼ੇ ਦੇ ਜਾਵੇ ਜਾਂ ਛੋਟੇ ਹਾਥੀ ਤੇ ਜਾਵੇ ਜਾਂ ਆਟੋ ਨਾਲ ਬੈਠ ਕੇ ਜਾਵੇ ਹਰਾਵਾ ਜੀ ਕੋਲ ਹੈਗਾ ਉਹ ਯੂਜ਼ ਕਰਦੇ ਨੇ ਸੁਖਬੀਰ ਬਾਦਲ ਦੇ ਮਜੀਠੀਏ ਦੇ ਕੋਲੇ ਅਲੱਗ ਅਲੱਗ ਤੁਸੀਂ ਤਾਂ ਚੌਪਰ ਨੂੰ ਇੱਕ ਕੈਬ ਮੰਨ ਕੇ ਇੱਕ ਆਟੋ ਮੰਨ ਕੇ ਇੱਕ ਟੈਕਸੀ ਮੰਨ ਕੇ ਯੂਜ਼ ਕਰਦੇ ਸੀ ਅੱਜ ਦੇ ਨਵਾਂ ਬਣਿਆ ਮੁੱਖ ਮੰਤਰੀ ਆਪਣੇ ਸਾਥੀਆਂ ਨੂੰ ਲੈ ਕੇ ਦਿੱਲੀ ਚੌਪਰ ਤੇ ਗਿਆ ਤੇ ਇਹ ਕੋਈ ਵੱਡਾ ਇਸ਼ੂ ਨਹੀਂ ਹੈ ਸਰ 2019 ਵਿੱਚ ਈਵੀਐਮ ਦਾ ਮੁੱਦਾ ਬੜਾ ਛਾਇਆ ਰਿਹਾ ਸੀ ਪਰ ਇਸ ਵਾਰ ਜਿਹੜਾ ਈਵੀਐਮ ਦਾ ਮੁੱਦਾ ਗਾਇਬ ਦੇਖ ਰਿਹਾ ਚੁਣਾਵਾਂ ਜਿਹੜਾ ਈਵੀਐਮ ਦਾ ਮੁੱਦਾ ਦੋਸਤੋ ਕੋਈ ਸਟੇਟ ਪਾਰਟੀ ਦੇ ਵੱਸ ਦੀ ਗੱਲ ਨਹੀਂ ਇਹ ਕਾਂਗਰਸ ਨੂੰ ਐਜੂਕੇਸ਼ਨ ਕਰਨਾ ਪੈਣਾ ਜਾਂ ਦੇਸ਼ ਦੇ ਲੋਕਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਜਿੱਦਾਂ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਦੇਸ਼ ਸ਼ਮੂਲੀਅਤ ਕਰ ਗਿਆ ਈਵੀਐਮ ਹਟਾਓ ਲੋਕਤੰਤਰ ਬਚਾਓ ਈਵੀਐਮ ਹਟਾਓ ਬੈਲਟ ਪੇਪਰ ਲਿਆਓ ਇਹ ਨਾਰਾ ਦੇਸ਼ ਦੇ ਲੋਕਾਂ ਨੂੰ ਜਾਂ ਦੇਸ਼ ਦੇ ਵਿੱਚ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਨੂੰ ਦੇਣਾ ਪੈਣਾ ਇਹ ਅੱਜ ਤਕਰੀਬਨ 10 ਮਹੀਨਿਆਂ ਦਾ ਅਰਸਾ 700 ਤੋਂ ਵੱਧ ਸ਼ਹਾਦਤਾਂ ਕਿਸਾਨ ਅੰਦੋਲਨ ਦੇ ਵਿੱਚ ਤੇ ਮੋਦੀ ਸਾਹਿਬ ਨੂੰ ਫਰਕ ਹੀ ਕੋਈ ਨਹੀਂ ਗਾ ਇਹ ਸਪਸ਼ਟ ਹੈ ਕਿ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਈਵੀਐਮ ਨਾਲ ਕੋਈ ਛੇੜਛਾੜ ਨਹੀਂ ਹੁੰਦੀ ਉਹ ਵਿਸ਼ਵਾਸ ਪੱਕਾ ਕਰਨ ਵਾਸਤੇ ਵੀ ਲਓ ਵੀ ਈਵੀਐਮ ਬਿਲਕੁਲ ਸਹੀ ਸਲਾਮਤ ਹੈ ਕਿਤੇ ਕਾਂਗਰਸ ਦੀ ਬਣ ਗਈ ਕਿਤੇ ਸਟੇਟ ਪਾਰਟੀ ਦੀ ਬਣ ਗਈ ਤੇ ਫਿਰ ਜਦੋਂ ਆਉਂਦੀ ਹੈ ਲੋਕ ਸਭਾ ਕੋਈ ਵਿਰੋਧੀ ਬੋਲੇ ਤਾਂ ਈਵੀਐਮ ਦੇ ਵਰਖਿਲਾਫ਼ ਉਹ ਕਹਿੰਦੇ ਕੱਲ੍ਹ ਤਾਂ ਤੁਸੀਂ ਸਟੇਟਾਂ ਦੇ ਵਿੱਚ ਜਿੱਤ ਕੇ ਹਟੇ ਹੋ ਉਦੋਂ ਈਵੀਐਮ ਠੀਕ ਸੀ ਤੇ ਅੱਜ ਲੋਕ ਸਭਾ ਦੀ ਇਲੈਕਸ਼ਨ ਮੌਕੇ ਈਵੀਐਮ ਜਿਹੜੀ ਉਹ ਮਾੜੀ ਹੋ ਗਈ ਸੋ ਇਸ ਕਰਕੇ ਈਵੀਐਮ ਦੇ ਵਿੱਚ ਠੱਗੀ ਬੜੇ ਵੱਡੇ ਵੱਡੇ ਟੈਕਨੋਕ੍ਰੇਟਸ ਨੇ ਸਿੱਧ ਕਰਕੇ ਰੱਖਿਆ ਕਿ ਇਹ ਹੈਕ ਹੋ ਸਕਦੀ ਹੈ ਇਹ ਈਵੀਐਮ ਵੱਡੇ ਡਿਵੈਲਪ ਕੰਟਰੀਆਂ ਦੇ ਵਿੱਚ ਪਰੇ ਕੀਤੀ ਗਈ ਹੈ ਵੈਲਟ ਪੇਪਰ ਹੈ ਸੋ ਸਾਡਾ ਦੇਸ਼ ਕਿੱਥੇ ਆਪਾਂ ਖੜੇ ਹਾਂ ਵੀ ਈਵੀਐਮ ਲਾਜ਼ਮੀ ਤੌਰ ਤੇ ਬੰਦ ਕਰਾਉਣ ਲਈ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵੱਡਾ ਅੰਦੋਲਨ ਵਿੱਢਣਾ ਪੈਣਾ ਲੋਕਤੰਤਰ ਨੂੰ ਬਚਾਉਣ ਵਾਸਤੇ